ਟੂਰਨਾਮੈਂਟ ਜੋ ਚੱਲ ਰਿਹਾ ਹੁਣੇ ਸਮਾਪਤ ਹੋਇਆ ਉਹ 28 ਤੋਂ ਸ਼ੁਰੂ ਹੋਇਆ ਸੀ ਅਤੇ 3 ਨੂੰ ਸਮਾਪਤ ਹੋਇਆ। ਸੋ ਮੈਂ ਇੱਥੇ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਅਤੇ ਕਲੱਬ ਮੈਂਬਰ ਅਤੇ ਪਿੰਡ ਦੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਇੱਥੇ ਜਿੰਨੇ ਵੀ ਦਰਸ਼ਕ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਮੈਮੋਰੀਅਲ ਨਵੇਂ ਜੋ ਕਿ ਹਰ ਸਾਲ ਲਗਾਤਾਰ ਕਰਾਇਆ ਜਾਂਦਾ ਹੈ। ਇਸ ਵਿੱਚ ਸਪੈਸ਼ਲ ਧੰਨਵਾਦ ਮੈਂ ਉਹਨਾਂ ਐਨਆਰਆਈ ਵੀਰਾਂ ਦਾ ਕਰਦਾ ਜਿਹਨੇ ਆਪਣੇ ਮਿਹਨਤ ਦੀ ਕਮਾਈ ਦੇ ਵਿੱਚੋਂ ਵਿਸ਼ੇਸ਼ ਮਾਇਆ ਭੇਜ ਕੇ ਇਸ ਕਲੱਬ ਨੂੰ ਮਾਲੀ ਸਹਾਇਤਾ ਦਿੱਤੀ ਹੈ। ਇਸ ਤੋਂ ਇਲਾਵਾ ਇਲਾਕਾ ਨਿਵਾਸੀ ਸਮੂਹ ਨਗਰ ਨਿਵਾਸੀ ਅਤੇ 32 ਟੀਮਾਂ ਜਿੰਨੀਆਂ ਵੀ ਸਾਡੇ ਏਰੀਏ ਦੀਆਂ ਆਈਆਂ ਮੈਂ ਸਪੈਸ਼ਲ ਧੰਨਵਾਦ ਕਰਦਾ। ਅਤੇ ਬਹੁਤ ਹੀ ਵਧੀਆ ਢੰਗ ਨਾਲ ਇਹ ਟੂਰਨਾਮੈਂਟ ਸਿਰੇ ਚੜਿਆ, ਕਿਸੇ ਦੇ ਸੱਟ ਚੋਟ ਨਹੀਂ ਲੱਗੀ। ਪਰਮਾਤਮਾ ਅੱਗੇ ਅਰਦਾਸ ਕਰਦਾ ਇੱਦਾਂ ਹੀ ਹਮੇਸ਼ਾ ਇਹ ਟੂਰਨਾਮੈਂਟ ਸਫਲ ਹੁੰਦੇ ਰਹਿਣ। ਸੋ ਮੈਂ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਵੀ ਕਲੱਬ ਵੱਲੋਂ ਵੀ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ। ਸੁਰਿੰਦਰ ਸਿੰਘ ਜੀ, ਸੋਢੀ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਜੋ ਕਿ 28 ਦਸੰਬਰ 2023 ਤੋਂ ਚੱਲ ਰਿਹਾ ਸੀ ਅਤੇ ਅੱਜ ਉਸਦੇ ਫਾਈਨਲ ਮੁਕਾਬਲੇ ਖੇਡੇ ਗਏ ਜਿਸ ਦੇ ਵਿੱਚ ਪਿੰਡ ਭਾਮ ਅਤੇ ਨੰਗਲ ਕਲਾਂ ਜੁਆਇੰਟ ਵਿਨਰ ਕਰਾਰ ਦਿੱਤੇ ਗਏ ਅਤੇ ਅੰਡਰ 17 ਕੈਟਾਗਰੀ ਦੇ ਵਿੱਚ ਜਿਹੜੀ ਭਾਮ ਦੀ ਟੀਮ ਹੈ ਉਹ ਪੰਜੌੜ ਨੂੰ ਹਰਾ ਕੇ ਜੇਤੂ ਰਹੀ ਹੈ। ਅਤੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਸਰਦਾਰ ਜਸਵਿੰਦਰ ਸਿੰਘ ਜੀ USA, ਸਤਨਾਮ ਸਿੰਘ ਸੱਤੀ ਇਟਲੀ ਉਚੇਚੇ ਤੌਰ 'ਤੇ ਪਹੁੰਚੇ ਆ, ਬਹੁਤ ਹੀ ਧੰਨਵਾਦ ਹੈ। ਇਹਨਾਂ ਤੋਂ ਇਲਾਵਾ ਸਾਡੇ ਕਲੱਬ ਨੂੰ ਬਹੁਤ ਹੀ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਨੇ ਮਾਲੀ ਮਦਦ ਦਿੱਤੀ ਹੈ ਜਿਸ ਦੇ ਨਾਲ ਇਹ ਟੂਰਨਾਮੈਂਟ ਸਿਖਰ ਚੂੰਹਦਾ ਹੋਇਆ ਅੱਜ ਸਮਾਪਤ ਹੋਇਆ। ਅਤੇ ਮੈਂ ਨੌਜਵਾਨ ਸਪੋਰਟਸ ਕਲੱਬ ਵੱਲੋਂ ਸਾਰੇ ਖਿਡਾਰੀਆਂ ਦਾ, ਇਲਾਕਾ ਨਿਵਾਸੀਆਂ ਦਾ ਅਤੇ ਐਨਆਰਆਈ ਸੱਜਣਾਂ ਦਾ, ਸਾਡੇ ਸਰਦਾਰ ਪਰਵਿੰਦਰ ਸਿੰਘ ਜੀ ਸਰਪੰਚ ਗ੍ਰਾਮ ਪੰਚਾਇਤ ਭਾਮ ਸਮੂਹ ਪੰਚਾਇਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ। ਅਤੇ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਵਰ੍ਹੇ ਇਹ ਟੂਰਨਾਮੈਂਟ ਦੇ ਵਿੱਚ ਹੋਰ ਸੁਧਾਰ ਲਿਆ ਕੇ ਸਫਲ ਹੋਰ ਬਣਵਾਇਆ ਜਾਵੇ। ਅਤੇ ਸਮੂਹ ਪ੍ਰੈਸ ਦਾ ਜਿਨ੍ਹਾਂ ਨੇ ਪਿਛਲੇ 10 ਦਿਨਾਂ ਤੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਟੂਰਨਾਮੈਂਟ ਦੀ ਕਵਰੇਜ ਦਿੱਤੀ ਹੈ ਅਤੇ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ। ਓਪਨ ਕੈਟਾਗਰੀ ਦੇ ਵਿੱਚ ਭਾਮ ਅਤੇ ਨੰਗਲ ਕਲਾਂ ਜੁਆਇੰਟ ਵਿਨਰ ਰਹੀਆਂ। ਸੋ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਨਵੇਂ ਸਾਲ ਦੀਆਂ ਵੀ ਵਧਾਈਆਂ ਪਹਿਲਾਂ ਆਲਰੇਡੀ ਦੇ ਚੁੱਕੇ ਹਾਂ ਅਤੇ ਦੁਬਾਰਾ ਫਿਰ ਦਿੰਦੇ ਹਾਂ ਜੀ। ਅਤੇ ਇੱਕ ਪੁਰਜ਼ੋਰ ਅਪੀਲ ਹੈ ਜੀ, ਇਸ ਟੂਰਨਾਮੈਂਟ ਤੋਂ ਬਾਅਦ ਸਾਡਾ ਟੀਚਾ ਸੀ ਕਿ ਅਸੀਂ ਇਸ ਗਰਾਊਂਡ ਨੂੰ ਇੱਕ ਕਲੱਬ ਪੱਧਰ ਦੇ ਟੂਰਨਾਮੈਂਟ ਕਰਾਉਣ ਦੇ ਲਈ ਗਰਾਊਂਡ ਤਿਆਰ ਕਰਨੀ ਆ, ਜਿਹਦੇ ਵਿੱਚ ਚਾਹੁੰਦੇ ਹਾਂ ਵੀ ਗਨ ਸਿਸਟਮ ਦੇ ਨਾਲ ਸਿੰਜਾਈ ਅਤੇ ਸੈਕਸ਼ਨ A1 ਦਾ ਗਰਾਸ ਜਿਹੜਾ ਉਹ ਪਲਾਂਟ ਕੀਤਾ ਜਾਵੇ। ਅਤੇ ਮੇਰੀ ਪੁਰਜ਼ੋਰ ਅਪੀਲ ਹੈ ਸਾਡੇ ਸਾਰੇ ਹੀ ਐਨਆਰਆਈ ਵੀਰਾਂ ਨੂੰ, ਸੱਜਣਾਂ ਨੂੰ, ਖੇਡ ਪ੍ਰੇਮੀਆਂ ਨੂੰ ਕਿ ਵੱਧ ਤੋਂ ਵੱਧ ਸਪੋਰਟਸ ਕਲੱਬ ਦੀ ਇਸ ਮੁੱਦੇ ਦੇ ਉੱਤੇ ਸਹਾਇਤਾ ਕੀਤੀ ਜਾਵੇ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਖੇਡ ਪ੍ਰੇਮੀਆਂ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦਾ ਅਤੇ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।